ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ। ਫਿਲਮ ਜਿਹੜੀ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ, ਇਸ ਨੂੰ ਡਾਇਰੈਕਟ ਕੀਤਾ ਬਲਜੀਤ ਸਿੰਘ ਦਿਓ ਨੇ, ਜਿਹੜੀ ਕਿ 6 ਤਰੀਕ ਨੂੰ ਜਿਹੜੀ ਆ ਕਹਾਣੀ ਉਸ ਦਾ 3 ਦਿਨਾਂ ਦਾ ਡਾਇਲੌਗ ਲਿਖੀ ਹੋਰਾਂ ਨਾਲ ਕਲੈਕਸ਼ਨ ਦੱਸਾਂਗੇ ਸੀ ਕਿ ਨਾ ਹੁਣ ਪ੍ਰੋਡਿਊਸ ਫਿਲਮ ਨੇ ਰਿਵਾਈਵ ਕਰ ਲਿਆ ਤੇ ਫਿਲਮ ਜਾਣਕਾਰੀ ਨਜ਼ਰ ਆ ਤੁਸੀਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ। ਵੀਡੀਓ ਨੂੰ ਸਕਿੱਪ ਨਾ ਕਰਿਓ ਜੀ, ਕੋਈ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਪੁਰਾਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਕੇ ਜ਼ਰੂਰ ਕਰਿਓ ਤੇ ਆਓ ਬਬਲ ਰਾਏ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਐਕਟਰ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ। ਤੇ ਜੇ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤੇ ਬਾਕਸ ਆਫਿਸ ਕਲੈਕਸ਼ਨ ਦੱਸਣ ਤੋਂ ਪਹਿਲਾਂ ਬਜਟ ਦੀ ਗੱਲ ਕਰਦੇ ਹਾਂ। ਇਹ ਫਿਲਮ ਜਿਹੜੀ ਆ 4 ਕਰੋੜ ਦਾ ਇਸ ਫਿਲਮ ਦਾ ਬਜਟ ਸੀਗਾ ਤੇ ਇਸਨੇ ਜਿਹੜਾ ਪਹਿਲੇ ਦਿਨ ਯਾਨੀ ਕਿ ਫਰਾਈਡੇ 8 ਤਰੀਕ ਨੂੰ ਇਸਨੇ 4 ਲੱਖ ਰੁਪਏ ਕਮਾਇਆ ਸੀ ਤੇ ਦੂਜੇ ਦਿਨ ਇਸਨੇ 53 ਲੱਖ ਰੁਪਇਆ ਕਮਾਇਆ ਸੀ ਤੇ ਤੀਜੇ ਦਿਨ ਯਾਨੀ ਕਿ ਐਤਵਾਰ ਇਸ ਫਿਲਮ ਨੇ 60 ਲੱਖ ਰੁਪਇਆ ਕਮਾਇਆ ਤੇ ਹੁਣ ਯਾਨੀ ਕਿ ਐਤਵਾਰ ਤੱਕ ਇਸ ਫਿਲਮ ਨੇ 1 ਕਰੋੜ 53 ਲੱਖ ਰੁਪਇਆ ਕਮਾ ਲਿਆ, ਜਿਹੜਾ ਹੁਣ ਅੱਜ ਦਾ ਰਿਸ਼ੂ ਨਿਕਲ ਕੇ ਆਇਆ। ਤੇ ਇਹ ਫਿਲਮ ਜਿਹੜੀ ਆ ਬਹੁਤ ਸਾਰੇ ਲੋਕਾਂ ਵੱਲੋਂ ਪਸੰਦ ਵੀ ਕੀਤੀ ਜਾ ਰਹੀ ਆ। ਕੋਈ ਕਹਿ ਰਿਹਾ ਕਿ ਇਹ ਫਿਲਮ ਜਿਹੜੀ ਆ ਮਿਕਸਡ ਆ, ਇਹ ਬਹੁਤ ਕਹਾਣੀਆਂ ਦੇ ਨਾਲ ਮੇਲ ਖਾਂਦੀ ਆ, ਬਹੁਤ ਸਾਰੀਆਂ ਫਿਲਮਾਂ ਦੇ ਨਾਲ ਮੇਲ ਖਾਂਦੀ ਆ, ਕਿਉਂਕਿ ਇਸ ਦੇ ਵਿੱਚ ਸਾਨੂੰ ਇੱਕੋ ਹੀ ਇਸ਼ੂ ਲੱਭਿਆ ਗਿਆ ਕਿ ਪ੍ਰੋਪਰਟੀ ਦਾ, ਕਿਉਂਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਵੇਖ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਇੱਕੋ ਹੀ ਇਸ਼ੂ ਹੁੰਦਾ ਪ੍ਰੋਪਰਟੀ ਦਾ ਜਾਂ ਉਹਨਾਂ ਦੀ ਲਵ ਸਟੋਰੀ, ਇਹ ਅਸੀਂ ਵੇਖ ਚੁੱਕੇ ਹਾਂ। ਪਰ ਇਹਦੇ ਵਿੱਚ ਸੇਮ ਬਾਕੀ ਫਿਲਮਾਂ ਵਾਂਗੂ ਹੀ ਇਸ ਫਿਲਮ ਦੇ ਵਿੱਚ ਸਬਜੈਕਟ ਰੱਖਿਆ ਗਿਆ ਕਿ ਮਾਂ ਦੇ ਕੋਲੋਂ ਪ੍ਰੋਪਰਟੀ ਜਿਹੜੇ ਆ ਉਹਦਾ ਸ਼ਰੀਕਾ ਭਾਈਚਾਰਾ ਜਾਂ ਉਹਦੇ ਦੁਸ਼ਮਣ ਜਿਹੜੇ ਆ ਉਹ ਲੈਂਦੇ ਨੇ ਪ੍ਰੋਪਰਟੀ 'ਤੇ ਅੱਖ ਰੱਖਦੇ ਨੇ ਜਾਂ ਗਲਤ ਬੱਚਿਆਂ ਨੂੰ ਗਲਤ ਗਾਈਡ ਕਰਦੇ ਨੇ। ਇੱਦਾਂ ਦੀਆਂ ਸਟੋਰੀਆਂ ਜਿਹੜੀਆਂ ਬਹੁਤ ਵਾਰੀਆਂ ਹੀ ਵੇਖ ਚੁੱਕੇ ਹਾਂ, ਪਰ ਇਸ ਫਿਲਮ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਸਟੋਰੀ ਜਿਹੜੀ ਆ ਪਾਈ ਗਈ ਆ, ਜਿਹੜੀਆਂ ਹਰ ਇੱਕ 100 ਤੋਂ ਵੱਧ ਫਿਲਮਾਂ ਦੇ ਵਿੱਚ ਆਮ ਹੀ ਹੁੰਦੀ ਆ। ਪਰ ਇਹ ਫਿਲਮ ਦੇ ਵਿੱਚ ਇੱਕ ਵੱਖਰੀਆਂ ਗੱਲਾਂ ਵੀ ਕਹੀਆਂ ਗਈਆਂ ਨੇ। ਰਾਣਾ ਰਣਵੀਰ ਜੀ ਨੇ ਬਹੁਤ ਵਧੀਆ ਇਹ ਸਟੋਰੀ ਫਿਲਮ ਦੀ ਲਿਖੀ ਆ ਅਤੇ ਮੈਨੂੰ ਮੇਰੇ ਹਿਸਾਬ ਨਾਲ ਫਿਲਮ ਵਧੀਆ ਆ, ਵੇਖਣੀ ਚਾਹੀਦੀ ਆ। ਪੇਰੈਂਟਸ ਦੀ ਰਿਸਪੈਕਟ ਲਈ ਇਹ ਫਿਲਮ ਜਿਹੜੀ ਵੇਖਣੀ ਚਾਹੀਦੀ ਆ ਅਤੇ ਪੇਰੈਂਟਸ ਦੀ ਰਿਸਪੈਕਟ ਕਰਨੀ ਚਾਹੀਦੀ ਆ, ਮਾਂ ਤੇ ਮਾਂ ਹੀ ਹੁੰਦੀ ਆ। ਸੋ ਇਸ ਕਰਕੇ ਇਹ ਫਿਲਮ ਜ਼ਰੂਰ ਵੇਖਿਓ ਅਤੇ ਜੇ ਤੁਹਾਨੂੰ ਕਿੱਦਾਂ ਦੀ ਲੱਗੀ ਵੀ ਫਿਲਮ ਕਮੈਂਟ ਰਾਹੀਂ ਜ਼ਰੂਰ ਦੱਸਿਓ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।